ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਜਦੋਂ ਤੋਂ ਭਾਰਤ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਆਪਣੀ ਹਾਮੀ ਭਰੀ ਹੈ, ਉਸ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਇਸ ਦਾ ਸਹਿਰਾ ਲੈਣ ਦੀਆਂ ਜੰਗਾਂ ਲੜਾਈਆਂ ਸ਼ੁਰੂ ਹੋ ਚੁੱਕੀਆਂ ਨੇ, ਜਿਸ ਦੇ ਵਿੱਚ ਸਭ ਤੋਂ ਅੱਗੇ ਨੇ ਨਵਜੋਤ ਸਿੰਘ ਸਿੱਧੂ। ਉਹਨਾਂ ਦੀ ਪਤਨੀ ਦਾ ਕਹਿਣਾ ਹੈ ਕਿ ਸਭ ਨੂੰ ਪਤਾ ਹੈ ਕਿ ਕੋਰੀਡੋਰ ਕਿਸ ਦੇ ਕਰਕੇ ਖੁੱਲ੍ਹ ਰਿਹਾ। ਤੁਸੀਂ ਸੋਸ਼ਲ ਮੀਡੀਆ ਦੇਖ ਲਓ, ਤੁਹਾਨੂੰ ਸਮਝ ਆਜੂਗਾ ਉਹਨਾਂ ਕਿ ਕੌਣ ਉਹਨਾਂ ਨੂੰ ਕ੍ਰੈਡਿਟ ਦੇ ਰਿਹਾ। ਪਾਕਿਸਤਾਨ ਗਏ, ਮੱਝਾਂ ਲਿਆਏ, ਉਹ ਲਿਆਏ, ਅੱਜ ਤੱਕ ਕੋਈ ਪ੍ਰੈਜੈਂਟੇਸ਼ਨ ਦਿੱਤੀ। ਚਿੱਠੀਆਂ ਦਿਖਾ ਦੇਣਾ ਮੀਡੀਆ ਨੂੰ, ਬੋਲਣ ਦੀ ਕੀ ਲੋੜ ਹੈ। ਦਿਖਾਓ ਤੁਸੀਂ ਕਿੰਨੀ ਮਿਹਨਤ ਕੀਤੀ, ਤੁਸੀਂ ਪਾਕਿਸਤਾਨ ਗਏ, ਤੁਸੀਂ ਕਿਹਨੂੰ। ਸਾਰੀ ਦੁਨੀਆ ਨੂੰ ਪਤਾ ਹੈ, 95% ਲੋਕ ਤੁਸੀਂ ਕਮੈਂਟਸ ਪੜ੍ਹ ਲਓ ਸੋਸ਼ਲ ਮੀਡੀਆ ਦੇ ਕੀ ਆ ਰਿਹਾ। ਸਾਰੀ ਦੁਨੀਆ ਨੂੰ ਪਤਾ ਹੈ, ਇਹ ਪਰਮਾਤਮਾ ਦੀ ਬਖਸ਼ਿਸ਼ ਹੋਈ ਹੈ, ਉਹਦੀ ਮਰਜ਼ੀ ਹੋਈ ਹੈ, ਲੋਕਾਂ ਦੀ ਅਰਦਾਸ ਕਰਕੇ ਪੋਸੀਬਲ ਹੋਇਆ। ਤੇ ਜਿਹਨੇ ਵੀ ਆਹੂਤੀ ਜਿੰਨੀ ਵੀ ਪਾਈ ਹੈ, ਪਰਮਾਤਮਾ ਜਾਣਦਾ ਉਹਨੂੰ ਰੱਬ ਜ਼ਰੂਰ ਉਹਦਾ ਫਲ ਦਊਗਾ। ਇਹ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਕੋਈ ਇਨਸਾਨ ਆਪ ਕੁਛ ਨਹੀਂ ਕਰ ਸਕਦਾ। ਹਾਂ, ਦੋਸਤੀ ਨੇ ਇੱਕ ਵਾਰ ਇੱਕ ਦੋਸਤ, ਮਤਲਬ ਜਿਹਦੇ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ, ਕਿਤੇ ਨਾ ਕਿਤੇ ਦੋਸਤੀ ਨੇ ਆਪਣਾ ਰੰਗ ਦਿਖਾਇਆ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਇਸ ਦਾ ਸਾਰਾ ਸਿਹਰਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੰਦੀ ਦਿਖਾਈ ਦੇ ਰਹੀ ਹੈ। ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਇਹ ਅਧਿਕਾਰ ਹੀ ਭਾਰਤ ਦੇ ਪ੍ਰਧਾਨ ਮੰਤਰੀ ਦਾ ਸਰਕਾਰ ਦਾ ਸੀ। ਦੇਖੋ, ਕੇਂਦਰ ਸਰਕਾਰ ਨੇ ਪੰਜਾਬ ਦੇ ਉਹਨਾਂ ਸ਼ਰਧਾਲੂਆਂ ਦੀ ਮੰਗ ਨੂੰ ਪੂਰਾ ਕਰਨ ਦਾ ਉਪਰਾਲਾ ਕੀਤਾ। ਇੱਕ ਉਹ ਅਥਾਰਟੀ ਹੈ ਜਿਹੜੀ ਇਸ ਅਥਾਰਟੀ ਦੇ ਉੱਤੇ ਕੋਈ ਨਿਰਣਾ ਲੈ ਸਕਦੀ ਸੀ, ਉਸ ਅਥਾਰਟੀ ਨੇ ਆਪਣਾ ਨਿਰਣਾ ਲਿਆ। ਬਾਕੀ ਕੌਣ ਕੀ ਕਹਿੰਦਾ ਕਰਦਾ, ਕੌਣ ਸ਼ਰੇ ਲੈਂਦਾ, ਮੇਰਾ ਖਿਆਲ ਸਾਨੂੰ ਉਸ ਚੱਕਰ 'ਚ ਨਹੀਂ ਪੈਣਾ ਚਾਹੀਦਾ। ਜੇਕਰ ਗੱਲ ਕਰੀਏ ਭਾਰਤ ਸਰਕਾਰ ਵਿੱਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਉਹ ਵੀ ਇਸ ਦਾ ਸਿਰਾ ਲੈਣ ਤੋਂ ਨਹੀਂ ਖੁੰਝ ਰਿਹਾ। ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ MP ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਇਸ ਦਾ ਸਿਰਾ ਭਾਰਤ ਸਰਕਾਰ ਨੂੰ, ਭਾਰਤ ਦੇ ਪ੍ਰਧਾਨ ਮੰਤਰੀ ਨੂੰ ਜਾਂਦਾ। ਮੈਂ ਸਮਝਦਾ ਕਿ ਇਹ ਸਿਹਰਾ ਮੋਦੀ ਸਰਕਾਰ ਨੂੰ ਗੁਰੂ ਸਾਹਿਬ ਨੇ ਦਿੱਤਾ ਕਿ ਇਹ ਜਿਹੜਾ 70 ਸਾਲਾਂ ਤੋਂ ਅਰਦਾਸਾਂ ਖਾਲਸਾ ਪੰਥ ਕਰ ਰਿਹਾ ਸੀ, ਉਹਨਾਂ ਨੂੰ ਬੁਰ ਪੈਣ ਲੱਗਿਆ। ਦੂਜੇ ਪਾਸੇ ਕਾਂਗਰਸ ਪਾਰਟੀ ਇਸ ਦੇ ਸਿਰੇ ਨੂੰ ਲੈ ਕੇ ਆਪਸ ਵਿੱਚ ਵੰਡੀ ਦਿਖਾਈ ਦੇ ਰਹੀ ਹੈ। ਕੁਝ ਮੰਤਰੀ ਇਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਸਿਰਾ ਦੇ ਰਹੇ ਨੇ ਅਤੇ ਕੁਝ ਕੁ ਥੋੜਾ ਬਹੁਤ ਨਵਜੋਤ ਸਿੰਘ ਸਿੱਧੂ ਨੂੰ ਵੀ ਸਿਰਾ ਦਿੰਦੇ ਦਿਖਾਈ ਦੇ ਰਹੇ ਨੇ। ਆ ਸਭ ਤੋਂ ਪਹਿਲਾਂ ਤਾਂ ਕਰਤਾਰ ਨੂੰ ਹੈ, ਉਸ ਮਾਲਕ ਨੂੰ ਹੈ, ਉਹਨਾਂ ਦੀ ਜੋ ਕਿਰਪਾ ਇੱਥੇ ਹੋਈ ਹੈ। ਉਹਦੇ ਬਾਅਦ ਮੈਂ ਸਮਝਦਾ ਵੀ ਜਿਹੜੀ ਸਹੀ ਮੌਕੇ 'ਤੇ ਸਹੀ ਗੱਲ ਕਹੀ ਗਈ, ਜਿਹੜੀ ਜਾ ਕੇ ਉਹਨਾਂ ਨੇ ਨਵਜੋਤ ਸਿੱਧੂ ਹੋਰਾਂ ਨੇ ਉੱਥੇ ਮੌਕੇ 'ਤੇ ਗੱਲ ਕੀਤੀ, ਇਟ ਵਾਜ਼ ਔਨ ਅ ਬੈਕ ਬਰਨਰ, ਉਹ ਇਸ਼ੂ ਜਿਹਨੂੰ ਕੋਈ ਚੱਕ ਨਹੀਂ, ਜਿਹੜੇ ਠੰਡੇ ਬਸਤੇ 'ਚ ਪੈ ਗਿਆ ਸੀ। ਸਾਡੀ ਆਪਣੀ ਸਰਕਾਰ ਨੇ ਬਹੁਤ ਪਹਿਲਾਂ ਲਿਖ ਕੇ ਭੇਜਿਆ ਸੀਗਾ, ਕੈਪਟਨ ਸਾਹਿਬ ਨੇ ਪਰਸੂ ਕੀਤਾ ਸੀਗਾ, ਇਹਨਾਂ ਨੇ ਵੀ ਇੱਕ ਇਹਨਾਂ ਦੇ ਟਾਈਮ 'ਚ ਵੀ ਮਤਾ ਪੈ ਕੇ ਗਿਆ ਸੀਗਾ। ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਤੀਜੀ ਧਿਰ ਆਮ ਆਦਮੀ ਪਾਰਟੀ ਦੀ, ਤਾਂ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਆਪਣੇ ਬਿਆਨ 'ਤੇ ਅਜੇ ਵੀ ਕਾਇਮ ਨੇ। ਉਹਨਾਂ ਦਾ ਕਹਿਣਾ ਹੈ ਕਿ ਕਰਤਾਰਪੁਰ ਦੇ ਲਾਂਘੇ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਕਰਤਾਰਪੁਰ ਲਾਂਘੇ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਰਾਜਨੀਤੀ ਕਰ ਰਹੀਆਂ, ਉਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ, ਕਿਉਂਕਿ ਸਿੱਖ ਭਾਈਚਾਰੇ ਦੀ ਬਹੁਤ ਲੰਬੀ ਮੰਗ ਸੀ, ਬਹੁਤ ਲੰਬੇ ਅਰਸੇ ਤੋਂ ਮੰਗ ਚੱਲੀ ਆ ਰਹੀ ਸੀਗੀ ਕਿ ਜਿਹੜਾ ਲਾਂਘਾ ਖੋਲ੍ਹਿਆ ਜਾਣਾ ਚਾਹੀਦਾ, ਉਹ ਮੰਗ ਪੂਰੀ ਹੋਈ ਆ। ਇਹ ਤਾਂ ਸਿਆਸਤ ਨਹੀਂ ਕਰਨੀ ਚਾਹੀਦੀ, ਇਹ ਬਲਕਿ ਇਹਦਾ ਸਵਾਗਤ ਕਰਨਾ ਚਾਹੀਦਾ, ਮੈਂ ਵੀ ਇਹਦਾ ਸਵਾਗਤ ਕਰਦਾ। ਇਹਨਾਂ ਸਾਰੇ ਲੀਡਰਾਂ ਦੇ ਬਿਆਨਾਂ ਤੋਂ ਬਾਅਦ ਇੱਕ ਗੱਲ ਤਾਂ ਬਿਲਕੁਲ ਸਾਫ਼ ਹੋ ਚੁੱਕੀ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਇੱਕ ਸਿਆਸੀ ਕੋਰੀਡੋਰ ਬਣਦਾ ਦਿਖਾਈ ਦੇ ਰਿਹਾ, ਕਿਉਂਕਿ ਹਰ ਪਾਰਟੀ ਨੂੰ ਇਹੀ ਇੱਛਾ ਹੈ ਕਿ ਇਸ ਕੋਰੀਡੋਰ ਖੁੱਲ੍ਹਣ ਦਾ ਜੋ ਸ਼੍ਰੇਅ ਹੈ, ਜੋ ਸਿਰ ਹੈ, ਉਹ ਸਾਡੀ ਪਾਰਟੀ ਨੂੰ, ਸਾਡੇ ਲੀਡਰਾਂ ਨੂੰ ਮਿਲਣਾ ਚਾਹੀਦਾ। ਜਿੱਥੇ ਕਾਂਗਰਸ ਪਾਰਟੀ ਸਿੱਧੂ ਨੂੰ ਲੈ ਕੇ ਵੰਡੀ ਦਿਖਾਈ ਦੇ ਰਹੀ ਹੈ, ਕੁਝ ਕਾਂਗਰਸ ਪਾਰਟੀ ਦੇ ਨੇਤਾਵਾਂ ਦਾ ਇਹ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 2002 ਵਿੱਚ ਜਦੋਂ ਮੁੱਖ ਮੰਤਰੀ ਬਣੇ ਸਨ ਉਦੋਂ ਭਾਰਤ ਸਰਕਾਰ ਨੂੰ ਚਿੱਠੀਆਂ ਲਿਖੀਆਂ ਸਨ, ਇਹ ਮੰਗ ਉਠਾਈ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਚਾਹੀਦਾ, ਇਸੇ ਕਰਕੇ ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਅਸੀਂ ਆਪਣੀ ਸਰਕਾਰ ਨੂੰ ਕਹਿ ਕੇ, ਹਰਸਿਮਰਤ ਕੌਰ ਬਾਦਲ ਨੇ, ਸੁਖਬੀਰ ਸਿੰਘ ਬਾਦਲ ਨੇ, SDPC ਨੇ ਕਹਿ ਕੇ ਨਰਿੰਦਰ ਮੋਦੀ ਤੋਂ ਇਹ ਲਾਂਘਾ ਖੁੱਲ੍ਹਵਾਇਆ, ਅਤੇ ਆਮ ਆਦਮੀ ਪਾਰਟੀ ਦਾ ਇਸ 'ਤੇ ਕਹਿਣਾ ਹੈ ਕਿ ਇਸ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਆਮ ਆਦਮੀ ਪਾਰਟੀ ਕਿਸੇ ਨੂੰ ਵੀ ਇਸ ਦਾ ਸਿਰਾ ਦਿੰਦੀ ਦਿਖਾਈ ਨਹੀਂ ਦੇ ਰਹੀ। ਪਰ ਹੁਣ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਇੱਕ ਗੱਲ ਇਹ ਬਿਲਕੁਲ ਸਾਫ਼ ਕਰ ਦਿੱਤੀ ਹੈ ਕਿ ਨਵਜੋਤ ਸਿੱਧੂ ਦੀ ਇਮਰਾਨ ਖਾਨ ਨਾਲ ਦੋਸਤੀ ਨੇ ਇਸ ਵਿੱਚ ਕਾਫ਼ੀ ਹੱਦ ਤੱਕ ਆਪਣਾ ਰੋਲ ਅਦਾ ਕੀਤਾ ਹੈ। ਅਤੇ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਨੂੰ ਲੈ ਕੇ ਸਿਰਾ ਲੈਣ ਦਾ, ਕ੍ਰੈਡਿਟ ਲੈਣ ਦੀ ਜੋ ਜੰਗ ਹੈ ਉਹ ਜਾਇਜ਼ ਹੈ, ਇਸ 'ਤੇ ਸਿਰਾ ਕਿਸੇ ਨਾ ਕਿਸੇ ਨੂੰ ਲੈਣਾ ਚਾਹੀਦਾ ਹੈ? ਇਸ ਬਾਰੇ ਤੁਹਾਡੀ ਕੀ ਰਾਏ, ਇਸ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਰਾਏ ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ। ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਮੈਂ ਜੱਜ ਸਿੰਘ ਚਾਹਲ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਦੇ ਨਾਲ ਤੁਹਾਡੇ ਤੱਕ ਪਹੁੰਚਾਉਂਦਾ ਰਹਾਂਗਾ, ਤੁਸੀਂ ਬਣੇ ਰਹੋ ਦਾ ਪੰਜਾਬ TV ਦੇ ਨਾਲ। ਇਹਦਾ ਸਭ ਤੋਂ ਪਹਿਲਾਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪੂਰੇ ਪੰਜਾਬ ਦੇ ਨਹੀਂ, ਪੂਰੀ ਦੁਨੀਆ 'ਚ ਜਿੱਥੇ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ ਲੇਵਾ ਬੈਠੇ ਨੇ, ਉਹ ਸਿੱਖ ਸਮਾਜ ਔਰ ਸਿੱਖ ਸਮਾਜ ਦੇ ਨਾਲ ਨਾਲ ਬਾਕੀ ਸਮੁੱਚਾ ਸਮਾਜ ਵੀ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਵਿੱਚ
सारे धर्मां दे, चाहे वह सिख हिंदू और मुसलमान जिहड़े धर्मां दे भी लोग उहदे दे विच आस्था रखते हैं। सो उन्हां सारिआं दे दे लई एक बहुत अच्छी खुशखबरी आई है, और जिहदे तो असीं कह सकते डेरा बाबा नानक तो हुण सीधा जिहड़ा कोरीडोर दर्शनां दे लई करतारपुर जिहड़े जिहड़े उन्हां दे श्रद्धालु आ जा सकणगे। तो एक बहुत वड्डी खुशी की लहर सारिआं च आई है, और इहदे लई 26 तरीक नूं उपराष्ट्रपति जी इहदा शुरुआत करन दे लई आ रहे, और विशेष रूप च नितिन गडकरी जी 26 नवंबर नूं उपराष्ट्रपति जी जिहड़ा उहदा शुरुआत करन दे लई इत्थे आ रहे ने, और इह काम नूं नेपरे चाढ़न दा काम जिहड़ा आ ਉਹ ਰੋਡ ਟਰਾਂਸਪੋਰਟ ਨੈਸ਼ਨਲ ਹਾਈਵੇ ਰੋਡ ਵਾਲਿਆਂ ਨੂੰ ਭਾਵ ਨਿਤਿਨ ਗਡਕਰੀ ਜੀ ਦੇ ਮੰਤਰਾਲਿਆ ਉਸ ਨੂੰ ਕਰੇਗਾ। ਉਹਦੇ ਲਈ ਲੋੜੀਂਦਾ ਫੰਡ ਵੀ ਜਿਹੜਾ 150 ਕਰੋੜ ਰੁਪਇਆ ਉਹ ਜਾਰੀ ਕਰ ਦਿੱਤਾ, ਔਰ ਹੋਰ ਵੀ ਲੋੜ ਪਵੇਗੀ ਤਾਂ ਉਹਦੇ ਫੰਡ ਦੇ ਵਿੱਚ ਵੀ ਕਿਸੇ ਵੀ ਕੰਮ ਕਿਸੇ ਤਰ੍ਹਾਂ ਦੀ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦਾ ਵੀ ਆਸ਼ਵਾਸਨ ਜਿਹੜਾ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ। ਔਰ 26 ਨਵੰਬਰ ਨੂੰ ਅਸੀਂ ਹਰਸਿਮਰਤ ਕੌਰ ਬਾਦਲ ਜੀ, ਹਰਦੀਪ ਪੁਰੀ ਜੀ ਔਰ ਮੈਂ ਉਪਰਾਸ਼ਟਰਪਤੀ ਜੀ ਦੇ ਨਾਲ, ਔਰ ਨਾਲ ਮੁੱਖ ਮੰਤਰੀ ਪੰਜਾਬ ਵੀ ਇਸ ਦੇ ਵਿੱਚ ਰਹਿਣਗੇ ਅਸੀਂ ਸਾਨੂੰ ਉਮੀਦ ਹੈ, ਕਿਉਂਕਿ ਭਾਵੇਂ ਅਸੀਂ ਜਦੋਜਹਿਦ ਕਰਦੇ ਬਹੁਤ ਦੇਰ ਤੋਂ, ਲੋਕ ਸਭਾ ਵਿੱਚ ਵੀ ਕਈ ਵਾਰ ਇਹ ਮਸਲਾ ਉਠਾਇਆ, ਪ੍ਰਧਾਨ ਮੰਤਰੀ ਜੀ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਸ਼ਨ ਮਿਲ ਕੇ ਕਈ ਵਾਰ ਮਸਲਾ ਉਠਾਇਆ, ਅਤੇ ਹਰ ਕੋਸ਼ਿਸ਼ ਕੀਤੀ, ਬਹੁਤ ਸਾਰੀਆਂ ਸੰਸਥਾਵਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੇ ਵੀ ਕੋਸ਼ਿਸ਼ ਕੀਤੀ, ਪਰ ਅਸਲੀ ਮਹੀਨੇ ਵਿੱਚ ਤਾਂ ਗੁਰੂ ਦੀ ਜੋ ਅਰਦਾਸ ਹੈ, ਜਨ ਕੀ ਅਰਦਾਸ, ਉਹ ਪੂਰਤੀ ਹੋਈ ਆ। ਪਰ ਇਹਦਾ ਸਿਹਰਾ ਗੁਰੂ ਨੇ, ਕਿਉਂਕਿ ਮੋਦੀ ਸਰਕਾਰ ਨੇ ਇਹ ਮੈਂ ਪੈਰਵਾਈ ਕੀਤੀ ਆ, ਸ਼ੁਰੂਆਤ ਕੀਤੀ ਆ, ਉਹਨਾਂ ਨੂੰ ਜਾਂਦਾ, ਮੈਂ ਸਮਝਦਾ ਇਕੱਲਾ ਲਾਂਘਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਲਈ ਹੀ ਨਹੀਂ ਰਾਹ ਪੱਧਰਾ ਕਰੇਗਾ, ਦੋਨੇ ਮੁਲਕਾਂ ਦੀ ਦੋਸਤਨੀ ਸੰਬੰਧ ਬਣਾਉਣ ਵਿੱਚ ਵੀ ਇੱਕ ਰਾਹ ਬਣਾਏਗਾ, ਦੋਨੇ ਮੁਲਕਾਂ ਦੇ ਆਪਸੀ ਰਿਸ਼ਤੇ ਜੋੜਨ ਦੇ ਵਿੱਚ ਵੀ ਇਹ ਰਸਤਾ ਇੱਕ ਕੜੀ ਦਾ ਕੰਮ ਕਰੇਗਾ। ਗੁਰੂ ਨਾਨਕ ਦੇਵ ਸਾਹਿਬ ਦੀ ਜਿਹੜੀ ਫਿਲਾਸਫੀ ਆ, ਗੁਰੂ ਨਾਨਕ ਦੇਵ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈ, ਉਹ ਸਾਰੇ ਧਰਮਾਂ ਦਾ ਬਰਾਬਰ ਸਨਮਾਨ, ਸਾਰੇ ਵਰਗਾਂ ਦਾ ਬਰਾਬਰ ਸਨਮਾਨ, ਮਾਨਵਤਾ ਦਾ ਭਲਾ, ਸਰਬੱਤ ਦਾ ਭਲਾ, ਮਨੁੱਖੀ ਕਦਰਾਂ ਕੀਮਤਾਂ ਦਾ ਭਲਾ, ਔਰ ਊਚ ਨੀਚ ਜਾਤ ਪਾਤ ਦਾ ਖਾਤਮਾ ਕਰਨ ਦਾ ਜੋ ਇੱਕ ਸੋਚ ਸੀ, ਕਿਰਤ ਕਰੋ ਨਾਮ ਜਪੋ ਬਣ ਸਕਣ ਦੀ, ਇਹ ਸਿਧਾਂਤ ਦੇ ਕਾਰਨ ਹੀ ਮੈਂ ਸਮਝਦਾ ਇਹ ਜਿਹੜਾ ਲਾਂਘਾ ਹੈ, ਇਹ ਦੋਵੇਂ ਮੁਲਕਾਂ ਦੇ ਆਵਾਮ ਜੋ ਚਾਹੁੰਦੇ ਸੀ, ਲੋਕ ਜਿਹੜੇ ਚਾਹੁੰਦੇ ਸੀ, ਉਹਨਾਂ ਦੇ ਦਿਲ ਜੋੜਨ ਲਈ ਇਹ ਇੱਕ ਕੰਮ ਕਰੇਗਾ, ਇੱਕ ਬਹੁਤ ਵੱਡਾ ਇਤਿਹਾਸਿਕ ਫੈਸਲਾ। ਮਨਿੰਦਰ ਸਿੰਘ ਹੋਰਾਂ ਨੂੰ ਵੀ ਜਿੱਥੇ ਤੱਕ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸਵਾਲ ਆ, ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਅਮਨ ਭਾਈਚਾਰਾ ਵਿਕਾਸ ਦਾ ਮਦਈ ਆ। ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦਾ ਹਮੇਸ਼ਾ ਹਾਮੀ ਰਿਹਾ ਕਿ ਕਾਨੂੰਨ ਦੇ ਮਸ਼ੀਨਰੀ ਜਿਹੜੀ ਆ ਉਹਨੂੰ ਆਪਣੇ ਕਾਨੂੰਨ ਮੁਤਾਬਕ ਹੀ ਕੰਮ ਕਰਨਾ ਚਾਹੀਦਾ। ਜੇ ਅਸੀਂ ਲੋਕਾਂ ਤੋਂ ਕਾਨੂੰਨ ਲਾਗੂ ਕਰਨ ਦੀ ਉਮੀਦ ਕਰਦੇ ਹਾਂ ਤਾਂ ਸਰਕਾਰਾਂ ਨੂੰ ਵੀ ਕਾਨੂੰਨ ਵਿੱਚ ਰਹਿ ਕੇ ਹੀ ਕੰਮ ਕਰਨਾ ਚਾਹੀਦਾ, ਇਹ ਅਕਾਲੀ ਦਲ ਦੀ ਸੋਚ ਰਹੀ ਆ। ਔਰ ਅਸੀਂ ਕਿਹਾ ਵੀ ਉਹਨਾਂ ਨੂੰ ਵੀ ਇਹਦੇ ਵਿੱਚ ਜੋ ਖਾਸ਼ੇ ਖੜ੍ਹੇ ਹੋਏ ਰਹੇ ਨੇ, ਪਿੰਡ ਦੇ ਲੋਕ ਜਿਹੜੇ ਦੱਸ ਰਹੇ ਨੇ ਵਿਕਰਮਜੀਤ ਦੇ ਪਿੰਡ ਦੇ ਲੋਕ, ਜਾਂ ਜੋ ਕਹਾਣੀਆਂ ਸਾਹਮਣੇ ਆ ਰਹੀਆਂ ਨੇ ਪ੍ਰੈਸ ਦੇ ਇੱਕ ਹਿੱਸੇ ਵਿੱਚ, ਉਹਨਾਂ ਦੇ ਮੁੱਖ ਮੰਤਰੀ ਸਾਹਿਬ ਨੂੰ ਜ਼ਰੂਰ ਨਿਰਪੱਖ ਕਿਸੇ ਹਾਈ ਅਫਸਰ ਦੀ ਟੀਮ ਦੀ ਮਤਲਬ ਜਾਂਚ ਕਰਾ ਲੈਣੀ ਚਾਹੀਦੀ ਆ, ਤਾਂ ਕਿ ਕਿਸੇ ਨਿਰਦੋਸ਼ੇ 'ਤੇ ਕਿਸੇ ਨਜਾਇਜ਼ ਕੇਸ ਨਾ ਪਵੇ, ਔਰ ਅਸਲੀ ਜਿਹੜਾ ਗੁਨਾਹਗਾਰ ਆ ਉਹ ਬਚ ਨਾ ਸਕੇ। ਇਸ ਤਰ੍ਹਾਂ ਦੀ ਸਰਕਾਰ ਦੀ ਪੋਲਿਸੀ ਹੋਣੀ ਚਾਹੀਦੀ। ਸਰਕਾਰ ਆਪ ਇਹ ਕਹੀ ਜਾ ਰਹੀ ਸੀ, ਸਰਕਾਰ ਦੀਆਂ ਏਜੰਸੀਆਂ ਕਹੀ ਜਾ ਰਹੀਆਂ ਸੀ, ਉਸ ਤਰ੍ਹਾਂ ਸਰਕਾਰ ਨੇ ਕੋਈ ਗੰਭੀਰਤਾ ਨਹੀਂ ਦਿਖਾਈ, ਸਰਕਾਰ ਨੇ ਉਹਨੂੰ ਸੀਰੀਅਸ ਨਹੀਂ ਲਿਆ, ਲਾਪਰਵਾਹੀ ਵਰਤੀ ਆ। ਪਰ ਜਿੱਥੇ ਤੱਕ ਸੈਨਾ ਮੁਖੀ ਦਾ ਸਵਾਲ ਆ, ਉਹਨਾਂ ਕੋਲ ਫੀਡ ਬੈਕ ਆਈ ਹੋਊਗੀ, ਉਹਨਾਂ ਨੇ ਗੱਲ ਕਹੀ ਆ, ਪਰ ਗੱਲ ਜ਼ਰੂਰ ਆ ਵੀ ਸੈਨਾ ਮੁਖੀ ਨੂੰ ਇਸ ਤਰ੍ਹਾਂ ਦੀ ਗੱਲ ਪਬਲੀਕਲ ਨਹੀਂ ਸੀ ਕਹਿਣੀ ਚਾਹੀਦੀ। ਚਲੋ ਹਰੇਕ ਦੇ ਦੇਖੋ, ਸਾਡੇ ਚੀਫ ਮਿਨਿਸਟਰ ਸਾਹਿਬ ਸਤਿਕਾਰਯੋਗ ਆ, ਉਹਨਾਂ ਨੇ ਪ੍ਰੋਸੀਜਰਲ ਜਿਹੜੀ ਗੱਲ ਕੀਤੀ ਵੀ ਉਹਦੇ ਨਾਲ ਸਾਡੇ ਫੌਜੀਆਂ ਨੂੰ ਠੇਸ ਪਹੁੰਚੀ ਹੈ, ਬਟ ਗੱਲ ਉਹ ਅੱਜ ਇਲਜ਼ਾਮ ਤਾਂ ਅੱਜ ਵੀ ਲੱਗ ਰਿਹਾ ਵੀ ਨਾ ਖੋਲੋ ਜੀ, ਉੱਥੇ ਜਾ ਕੇ ਸਾਡੇ ਬੰਦਿਆਂ ਨੂੰ ਬਰਗਲਾ ਲੈਣਗੇ, ਇਲਜ਼ਾਮ ਚੱਲਣਗੇ ਸਭ। ਬਟ ਸਭ ਤੋਂ ਵੱਡੀ ਗੱਲ ਹੈ ਵੀ ਅੱਜ ਉਹ ਗੱਲ ਜਿਹੜੀ ਹੈ ਕੈਪਟਨ ਸਾਹਿਬ ਜਦੋਂ ਲਾਂਘਾ ਰੱਖਣਗੇ, ਮੈਂ ਸਮਝਦਾ ਉਹਦੇ ਵਿੱਚ ਕ੍ਰੈਡਿਟ ਜਿਹੜਾ ਹੈ, ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ, ਕ੍ਰੈਡਿਟ ਜਾਂਦਾ ਹੁਣ ਅੱਜ ਦੇ ਦਿਨ ਦੋਨਾਂ ਸਰਕਾਰਾਂ ਨੂੰ ਵੀ, ਇਹਨਾਂ ਨੇ ਉਸ ਮੌਕੇ ਦੀ ਨਜ਼ਾਕਤ ਨੂੰ ਸਮਝ ਕੇ ਜੇ ਆਹ ਕੰਮ ਜਿਸ ਦਿਨ ਮਿਲ ਕੇ ਆਇਆ ਸੀ ਆਹ ਸਾਡੇ ਵਾਲੀ ਸਰਕਾਰ ਚਿੱਠੀ ਉਸੇ ਦਿਨ ਵੀ ਕੱਢ ਸਕਦੀ ਸੀਗੀ, ਕਿਉਂ ਨਹੀਂ ਕੱਢਿਆ? ਆ ਜਿਹੜੀ ਤੁਸੀਂ ਕ੍ਰੈਡਿਟ ਵਾਲਾ ਗੱਲ ਪਾ ਦਿੰਦੇ ਹੋ ਨਾ, ਕ੍ਰੈਡਿਟ ਕਰਕੇ ਉਹ ਪਾ 2 ਮਹੀਨੇ ਪਾ ਗਏ, ਨਹੀਂ ਤਾਂ ਉਸ ਤੋਂ ਪਹਿਲਾਂ ਨਿਬੜਿਆ ਹੋਣਾ ਸੀ ਕੰਮ। 1.5 ਸਾਲ 'ਚ ਕੈਪਟਨ ਸਾਹਿਬ ਨੇ ਰੂਲ ਆਫ ਲਾਅ ਐਸਟੈਬਲਿਸ਼ ਕਰਨ ਦਾ ਕੀਤਾ, ਉਹਦੇ ਵਿੱਚ ਜਿਸ ਕਿਸਮ ਦੀਆਂ ਅੜਚਨਾਂ ਪੈਦਾ ਕੀਤੀਆਂ ਜਾ ਰਹੀਆਂ, ਰਿਲੀਜੀਅਸ ਟੈਨਸ਼ਨਸ ਪਹਿਲਾਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ,
उन्होंने ठल पाई कैप्टन साहब ने एस आई टी बना के लोगों के जोड़े जख्म है उन्होंने मलहम लाने की कोशिश की। हूँ अमृतसर जी बहुत ही मंदभागी घटना हुई